ਤਰ੍ਹਾਂ ਬਿਹੇਵ ਕੀਤਾ ਅਜੇ ਦੇਵਗਨ ਨੇ ਏਅਰਪੋਰਟ ਤੇ। ਜਿਹਨੂੰ ਦੇਖ ਕੇ ਨਾ ਮੈਂ ਆਪਣੀ ਖੁਦ ਦੀ ਹੱਸੀ ਜਿਹੜੀ ਹੈ ਉਹ ਕੰਟਰੋਲ ਨਹੀਂ ਕਰ ਪਾ ਰਹੀ। ਮੈਂ ਕਈ ਵਾਰੀ ਅਸੀਂ ਏਦਾਂ ਹੁੰਦਾ ਨਾ ਕੁਝ ਜ਼ਿਆਦਾ ਏਜ 'ਚ ਆ ਕੇ ਲੋਕ ਜ਼ਿਆਦਾ ਬਚਪਨ ਵਿੱਚ ਚਲੇ ਜਾਂਦੇ ਆ, ਮਤਲਬ ਮੈਂ ਉਹਨਾਂ ਨੂੰ ਬੁੱਢਾ ਨਹੀਂ ਕਹਿ ਰਹੀ, ਬਟ ਹੁੰਦਾ ਨਾ ਕਈ ਵਾਰੀ ਕਿ ਅਸੀਂ ਜਦੋਂ ਏਜ 'ਚ ਹੋ ਜਾਂਦੇ ਹਾਂ ਨਾ ਤਾਂ ਸਾਨੂੰ ਆਪਣੀ ਬਚਪਨ ਵਾਲੀਆਂ ਹਰਕਤਾਂ ਕਰਨ ਨੂੰ ਜ਼ਿਆਦਾ ਮਜ਼ਾ ਆਉਂਦਾ ਅਤੇ ਅਸੀਂ ਕਰਨਾ ਵੀ ਚਾਹੁੰਦੇ ਹਾਂ, ਅਸੀਂ ਕਰਕੇ ਦੇਖ ਦਿੰਦੇ ਹਾਂ ਅਤੇ ਅਸੀਂ ਇੰਜੋਏ ਵੀ ਖੂਬ ਕਰਦੇ ਹਾਂ। ਜੇ ਉਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਨਾ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਅਜੇ ਦੇਵਗਨ ਟਰੋਲੀ 'ਤੇ ਬੈਠੇ ਇੱਕ ਬੱਚਿਆਂ ਦੀ ਤਰ੍ਹਾਂ ਝੂਟਾ ਲੈ ਰਹੇ ਆ, ਡਰੂਮ ਕੁਛ ਇਸ ਤਰ੍ਹਾਂ, ਔਰ ਬਹੁਤ ਫਨੀ ਲੱਗ ਰਹੇ ਆ ਔਰ ਬਹੁਤ ਖੁਸ਼ ਵੀ ਹੈ ਕਿ ਉਹ ਟਰੈਲੀ 'ਤੇ ਬੈਠੇ ਆ ਔਰ ਇੱਦਾਂ ਝੂਟਾ ਲਈ ਜਾ ਰਹੇ ਆ, ਮਤਲਬ ਆਰਾਮ ਜਿੱਦਾਂ ਇੱਕ ਛੋਟਾ ਬੱਚਾ ਸਾਈਕਲ 'ਤੇ ਬੈਠਾ ਝੂਟਾ ਨਹੀਂ ਲੈਂਦਾ, ਉਸੇ ਤਰ੍ਹਾਂ ਅਜੇ ਦੇਵਗਨ ਟਰੋਲੀ 'ਤੇ ਬੈਠ ਕੇ ਝੂਟਾ ਲੈ ਰਹੇ ਆ ਔਰ ਬਹੁਤ ਹੀ ਜ਼ਿਆਦਾ ਖੁਸ਼ ਹੈ ਦੇਖ ਕਰ। ਔਰ ਫੈਨਸ ਵੀ ਇਹ ਵੀਡੀਓ ਨੂੰ ਦੇਖ ਕੇ ਲਗਾਤਾਰ ਕਮੈਂਟ 'ਤੇ ਕਮੈਂਟ ਕਰੀ ਜਾ ਰਹੇ ਆ, ਕਈਆਂ ਨੇ ਕਿਹਾ ਜੀ ਹੁਣ ਅਜੇ ਦੇਵਗਨ ਤੁਹਾਨੂੰ ਕਾਰ ਦੀ ਲੋੜ ਨਹੀਂ ਹੈ, ਨਾ ਹੀ ਪੈਟਰੋਲ ਅਤੇ ਡੀਜ਼ਲ ਦੀ ਟੈਨਸ਼ਨ ਹੈ। ਭਈ ਉਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਟੈਨਸ਼ਨ ਹੋਣੀ ਵੀ ਕਿਉਂ ਆ, ਹੋ ਹੀ ਨਹੀਂ ਸਕਦੀ, ਇੱਦਾਂ ਦੀ ਟੈਨਸ਼ਨ ਤਾਂ ਅਸੀਂ ਲੋਕ ਲੈਂਦੇ ਹਾਂ ਜੀ, ਪੈਟਰੋਲ ਇੰਨਾ ਮਹਿੰਗਾ, ਡੀਜ਼ਲ ਇੰਨਾ ਮਹਿੰਗਾ। ਮੈਂ ਜਦੋਂ ਕਾਰ ਲੈ ਕੇ ਆਉਂਦੀ ਹਾਂ ਨਾ ਮੈਨੂੰ ਪਹਿਲਾਂ ਇਹ ਟੈਨਸ਼ਨ ਹੁੰਦੀ ਹੈ, ਹਾਏ ਮੈਂ ਆਪਣੀ ਗੱਡੀ 'ਚ ਡੀਜ਼ਲ ਪਵਾਂ ਨਾ, ਰੋਜ਼ ਦਾ ਖਰਚਾ, ਰੋਜ਼ ਦਾ ਖਰਚਾ, ਰੋਜ਼ ਦਾ ਖਰਚਾ। ਆਹ ਅਤੇ ਇਸੇ ਤਰ੍ਹਾਂ ਜੀ ਜਿਹਨੇ ਕਮੈਂਟ ਕੀਤਾ ਮੈਂ ਉਹਨੂੰ ਦੱਸ ਦੇਵਾਂ ਕਿ ਅਜੇ ਦੇਵਗਨ ਨੂੰ ਇੱਦਾਂ ਦੀ ਕੋਈ ਟੈਨਸ਼ਨ ਨਹੀਂ ਹੈ। ਅਤੇ ਇੱਕ ਨੇ ਕਮੈਂਟ ਕੀਤਾ ਕਿ ਅਜੇ ਦੇਵਗਨ ਜੀ ਤੁਹਾਨੂੰ ਦੇਖ ਕੇ ਤਾਂ ਮੈਨੂੰ ਆਪਣੇ ਖੁਦ ਦੇ ਬਚਪਨ ਦੀ ਯਾਦ ਆ ਗਈ ਹੈ। ਨਹੀਂ ਹੁੰਦਾ ਮੈਨੂੰ ਵੀ ਉਹਨਾਂ ਨੂੰ ਦੇਖਦੇ ਹੋਏ ਨਾ ਇੱਦਾਂ ਫੀਲ ਹੋ ਰਿਹਾ, ਹਾਏ ਮੈਂ ਵੀ ਕੁਛ ਇੱਦਾਂ ਦਾ ਕਰ ਲਾ ਨਾ, ਵੱਡੇ ਹੋ ਕੇ ਨਾ ਬਚਪਨ ਵਰਗੀਆਂ ਹਰਕਤਾਂ ਕਰਨ ਨੂੰ ਜ਼ਿਆਦਾ ਮਜ਼ਾ ਆਉਂਦਾ ਔਰ ਸੱਚੀ ਕਰਨ ਦਾ ਵੀ ਮਨ ਕਰਦਾ। ਮੈਂ ਵੀ ਘਰ ਜਾ ਕੇ ਕਰਾਂਗੀ, ਝੂਟਾ ਲਊਂਗੀ, ਪਰ ਪਹਿਲਾਂ ਸਾਈਕਲ ਤਾਂ ਲੱਭਾਂ, ਮੈਨੂੰ ਤਾਂ ਲੱਗਾ ਮੇਰੇ ਜਿਹੜੇ ਪੁਰਾਣੇ ਸਾਈਕਲ ਹੋਣੇ ਆ ਉਹ ਤਾਂ ਮੰਮੀ ਨੇ ਘਰੋਂ ਦੇ ਸੁੱਟ ਵੀ ਦਿੱਤੇ ਉਹਨੇ, ਉਹ ਟੁੱਟ ਵੀ ਗਏ ਹੋਣੇ ਆ, ਹੁਣ ਕਿੱਥੇ ਮਿਲਣੇ ਆ ਜੀ। ਹੁਣ ਬਚਪਨ ਦੀਆਂ ਗੱਲਾਂ ਗਈਆਂ ਅਤੇ ਆ ਗਈ ਜਵਾਨੀ, ਜਵਾਨੀ ਤੋਂ ਆਉਣਾ ਬੁਢਾਪਾ, ਜੇ ਧੋਣ ਲੱਗਦਾ ਸਾਨੂੰ ਡਰ ਕਿਉਂਕਿ ਅਸੀਂ ਬੁਢਾਪੇ 'ਚ ਜਾਣਾ ਨਹੀਂ ਚਾਹੁੰਦੇ, ਪਰ ਖੈਰ ਇਹ ਤਾਂ ਨੈਚੁਰਲ ਹੈ, ਜੋ ਹੋਣਾ ਉਹ ਤਾਂ ਹੋਣਾ ਹੀ ਹੈ। ਫਿਲਹਾਲ ਤੁਸੀਂ ਇਹ ਵੀਡੀਓ ਦੇਖੋ ਅਜੇ ਦੇਵਗਨ ਦੀ ਅਤੇ ਇੰਜੋਏ ਕਰੋ, ਅਤੇ ਇੱਦਾਂ ਦੀਆਂ ਹੋਰ ਵੀ ਫਨੀ ਮੂਵਮੈਂਟਸ ਦੇਖਣ ਵਾਸਤੇ ਜੁੜੇ ਰਹੋ ਤਾਂ ਟੀਵੀ ਐਨਆਰਆਈ ਐਂਟਰਟੇਨਮੈਂਟ ਦੇ ਨਾਲ, ਅਤੇ ਮੇਰੇ ਨਾਲ ਸਤਿ ਸ਼੍ਰੀ ਅਕਾਲ ਅਤੇ ਗੁੱਡ ਬਾਏ।